ਸਾਨੂੰ ਬਚਪਨ ਤੋਂ ਹੀ ਮਾਪਿਆਂ ਨੇ ਸਿਖਾਇਆ ਕਿ ਪੁੱਤ ਪੜ੍ਹ ਲਓ, ਪੜ੍ਹਾਈ ਨਹੀਂ ਤੁਹਾਡੀ ਜ਼ਿੰਦਗੀ 'ਚ ਕੰਮ ਆਉਣਾ। ਇਸ ਲਈ ਮੈਂ ਬਹੁਤ ਪੜ੍ਹਿਆ, ਬੀ ਕੌਮ ਕੀਤੀ, ਐੱਮ ਕੌਮ ਕੀਤੀ, ਪਰ ਕੀ ਇਹ ਪੜ੍ਹਾਈ ਮੇਰੀ ਜ਼ਿੰਦਗੀ 'ਚ ਕੰਮ ਆਈ? ਨਹੀਂ, ਕਿਉਂਕਿ ਪਹਿਲੀ ਗੱਲ ਤਾਂ ਸਾਡੇ ਮੁਲਕ 'ਚ ਛੇਤੀ ਕੋਈ ਨੌਕਰੀ ਨਿਕਲਦੀ ਨਹੀਂ, ਜੇ ਨਿਕਲਦੀ ਹੈ ਤਾਂ ਇਹ ਪੈਸੇ ਵਾਲੇ, ਸਿਫਾਰਿਸ਼ਾਂ ਵਾਲੇ ਪਹਿਲੀ ਤਿਆਰੀ 'ਚ ਬੈਠੇ ਹੁੰਦੇ ਨੇ, ਉੱਤੋਂ 7-7, 8-8 ਸੌ ਰੁਪਈਆ ਸਾਡੇ ਤੋਂ ਐਪਲੀਕੇਸ਼ਨ ਫੀਸ ਵੀ ਲੈ ਲੈਂਦੇ ਨੇ। ਕਿੰਨੇ ਸ਼ਰਮ ਦੀ ਗੱਲ ਹੈ ਕਿ ਸਰਕਾਰ ਸਾਡੇ ਵਰਗੇ ਬੇਰੁਜ਼ਗਾਰਾਂ ਦੀ ਜੇਬ 'ਚੋਂ ਲੱਖਾਂ ਕਰੋੜਾਂ ਰੁਪਈਆ ਲੈ ਜਾਂਦੀ ਹੈ ਅਤੇ ਨੌਕਰੀ ਦਿੰਦੀ ਆ ਆਪਣੇ ਭਾਈ ਭਤੀਜਿਆਂ ਨੂੰ। ਜਿਸ ਕੁੜੀ ਨੂੰ ਮੈਂ ਪਿਆਰ ਕਰਦਾ ਸੀ, ਉਹਦੇ ਪਿਓ ਨੇ ਉਹਦਾ ਵਿਆਹ ਕਿਤੇ ਹੋਰ ਕਰਤਾ, ਕਿਉਂਕਿ ਉਹਦਾ ਕਹਿਣਾ ਸੀ ਕਿ ਮੁੰਡਾ ਵਿਹਲਾ। ਜੇ ਮੈਂ ਵਿਹਲਾ ਤਾਂ ਇਹ 'ਚ ਮੇਰਾ ਕੀ ਕਸੂਰ ਹੈ? ਜੇ ਸਾਡੇ ਦੇਸ਼ ਦੇ ਹਾਕਮ ਨਲਾਇਕ ਨੇ ਤਾਂ ਇਹ 'ਚ ਮੇਰਾ ਕੀ ਕਸੂਰ ਹੈ? ਜੇ ਸਾਡੇ ਲੀਡਰ ਸੌਹਾ ਖਾ ਕੇ ਮੁੱਕਰ ਗਏ ਤਾਂ ਇਹ 'ਚ ਮੇਰਾ ਕੀ ਕਸੂਰ ਹੈ? ਮੇਰੀ ਜ਼ਿੰਦਗੀ ਕਿਉਂ ਉਜੜੀ? ਕਿਉਂ?